ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬੀ ਰੀਡਰ 4 2020 ਐਡੀਸ਼ਨ ਲੈਸਨ 14 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਦੇ ਵਿੱਚ ਅਸੀਂ ਇੱਕ ਸ਼ਬਦ ਦੇ ਬਾਰੇ ਵਿੱਚ ਪੜਾਂਗੇ ਐਂਡ ਆਈ ਵਾਂਟ ਟੂ ਰਿਮਾਈਂਡ ਯੂ ਦੈਟ ਯੂ ਹੈਵ ਅ ਗੋਲ ਆਫ ਰੀਡਿੰਗ ਫਲੂਐਂਸੀ ਇਨ ਇੰਗਲਿਸ਼ ਯੂ ਕੈਨ ਰੀਡ 150 ਵਰਡਸ ਪਰ ਮਿੰਟ ਬਟ ਇਨ ਪੰਜਾਬੀ ਯੂ ਹੈਵ ਟੂ ਡੂ ਐਟ ਲੀਸਟ 40 ਵਰਡਸ ਪਰ ਮਿੰਟ ਨਾਓ and 60 words per minute by end of the year hopefully you will do more okay but at least that much so ajde part de vich assi ek choti kudi bare padange jehdi ke gurbani vich vishwas rakdi hai jehdi ke shabad and I want you to think about it and think about yourself how do you feel about Gurbani um, are you also a believer I hope you are because this helps you tremendously so let's learn uh, read this lesson about Tejkiran about a Shabad for your protection Tejkiran at sal Di Kudi Hai ਉਸ ਦੇ ਮੰਮੀ ਅਤੇ ਪਾਪਾ ਉਸ ਨੂੰ ਬਹੁਤ ਪਿਆਰ ਕਰਦੇ ਹਨ ਤੇਜਕਿਰਨ ਆਪਣੇ ਮੰਮੀ ਪਾਪਾ ਦੀਆਂ ਗੱਲਾਂ ਸੁਣਦੀ ਹੈ ਮੰਨਦੀ ਹੈ ਅਤੇ ਚੰਗੇ ਕੰਮ ਕਰਦੀ ਹੈ ਤੇਜਕਿਰਨ ਦੇ ਮੰਮੀ ਪਾਪਾ ਗੁਰਬਾਣੀ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ ਉਹ ਹਰ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਦੇ ਹਨ ਜਦ ਉਹ ਕਿਤੇ ਜਾਣ ਲਈ ਤਿਆਰ ਹੁੰਦੇ ਹਨ ਤਾਂ ਅਰਦਾਸ ਕਰਦੇ ਹਨ ਜਦ ਤੇਜਕਿਰਨ ਦਾ ਇਮਤਿਹਾਨ ਹੁੰਦਾ ਹੈ ਤਾਂ ਅਰਦਾਸ ਕਰਦੇ ਹਨ ਜੇਕਰ ਉਹ ਸਪੀਚ ਮੁਕਾਬਲੇ ਵਿੱਚ ਜਾਂਦੀ ਹੈ ਤਾਂ ਅਰਦਾਸ ਕਰਦੇ ਹਨ ਤੇਜ ਕਿਰਨ ਦਾ ਵੀ ਗੁਰਬਾਣੀ ਵਿੱਚ ਵਿਸ਼ਵਾਸ ਬਣ ਰਿਹਾ ਹੈ ਵਿਸ਼ਵਾਸ ਮੀਨਸ ਫੇਥ ਉਹ ਸਪੀਚ ਮੁਕਾਬਲੇ ਵਿੱਚ ਹਰ ਸਾਲ ਹਿੱਸਾ ਲੈਂਦੀ ਹੈ ਉਹ ਬਹੁਤ ਮਿਹਨਤ ਕਰਕੇ ਸਪੀਚ ਲਿਖਦੀ ਹੈ ਫਿਰ ਸਪੀਚ ਯਾਦ ਕਰਦੀ ਹੈ ਅਤੇ ਹਰ ਰੋਜ਼ ਸਪੀਚ ਬੋਲਣ ਦੀ ਪ੍ਰੈਕਟਿਸ ਕਰਦੀ ਹੈ ਜਿਸ ਦਿਨ ਸਪੀਚ ਦਾ ਮੁਕਾਬਲਾ ਹੁੰਦਾ ਹੈ मुकाबला मिस कंपटीशन तेज किरण इस शब्द ਦਾ ਪਾਠ ਕਰਕੇ ਸਪੀਚ ਮੁਕਾਬਲੇ ਵਿੱਚ ਹਿੱਸਾ ਲੈਂਦੀ ਹੈ ਨਸਰੀਰ ਤੇ ਸ਼ਬਦ ਇਸ ਇਸੇ ਪੋੜੀ ਪੋਰੀ ਇਸ ਅ ਫਾਰਮ ਆਫ ਪੋਇਟਰੀ ਕਿ ਤਾ ਲੋੜੀਏ ਕੰ ਸੋਹਰ ਪੈ ਆਖੀ ਹੈ ਸੋ ਲਿਸਨ ਟੂ ਮੀ ਫਰਸਟ ਥੈਨ ਯੂ ਕੈਨ ਰੀਡ ਆਫਟਰ ਮੀ ਕਾਰਜ ਦੇ ਸਵਾਰ ਸਤਗੁਰ ਸਤਸਾਖੀ ਹੈ ਸੰਤਾ ਸੰਗਨਿਧਾਨ ਅੰਮ੍ਰਿਤ ਚਾਖੀ ਹੈ ਪੈ ਪੰਜ ਜਨ ਮਹਿਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀ ਐ ਠੀਕ ਨਾ ਸਪੀਕ ਆਫਟਰ ਮੀ ਐਂਡ ਦੈਨ ਆਲ ਟੈਲ ਯੂ ਦ ਮੀਨਿੰਗ ਆਫ ਥਿਸ ਕਿਤਾ ਲੋੜੀ ਐ ਕਮ ਸੋ ਹਰ ਪੈ ਆਖੀ ਐ ਕਾਰਜ ਦੇਸ ਵਾਰ ਸਤਗੁਰ ਸੱਚ ਸਾਖੀ ਐ ਸੰਤਾ ਸੰਗ ਨਿਧਾਨ Amrit chaakia, Papanjan mehruan, das ki rakia, Nanak hargun gay, alak prablaakia. And it means that whatever you want get done. Pray to Vaigru. Tell that to Vaigru. Karj deeswar, he will make your work all right. He will make sure it goes well. And the, Satguru is the proof. Guruji says Satguru will do it. Why will do it. Santan Sang What do you need to do? Stay in good company. Be in good company and do the right things. Das Ki rakhiye, And all your fears will be dispelled by Vaiguru. Guru. Okay? And he'll keep your faith. नानक हर गुण गाए अलख प्रभु राखी नानक सेस यू शुड सिंग द प्रेजेस ऑफ गॉड ऑफ वाइग्रू एंड देन यू विल बी एबल टू ऑब्जर्व हिम वाच हिम एंड फील वाइग्रू इन योर लाइफ ओके एंड दैट्स द पावर ऑफ दिस शबद कित्ता लोडीए काम सुभर पे आके सो व्हाटएवर यू वांट टू गेट डन शेयर दैट फीलिंग विद वाइग्रू इस शबद नाल तेज किरण समझ दी है कि ਉਸਦੇ ਸਾਰੇ ਕੰਮ ਠੀਕ ਹੋ ਜਾਣਗੇ ਜਦ ਤੇਜਕ੍ਰਿਨ ਸਪੀਚ ਦਿੰਦੀ ਹੈ ਤਾਂ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਨੇ ਮਿਹਨਤ ਕਰਕੇ ਸਪੀਚ ਤਿਆਰ ਕੀਤੀ ਹੈ ਉਸ ਨੇ ਬੋਲਣ ਦੀ ਪ੍ਰੈਕਟਿਸ ਕੀਤੀ ਹੈ ਵਾਿਗਰੂ ਉਸ ਨੂੰ ਹਿੰਮਤ ਦੇਣਗੇ ਅਤੇ ਉਸ ਦੀ ਸਪੀਚ ਠੀਕ ਹੋ ਜਾਵੇਗੀ ਇਸ ਦਾ ਇਹ ਵੀ ਮਤਲਬ ਨਹੀਂ ਕਿ ਉਹ ਜ਼ਰੂਰ ਹੀ ਇਨਾਮ ਜਿੱਤੇਗੀ ਜਾਂ ਫਰਸਟ ਆਵੇਗੀ ਭਾਵੇਂ ਉਹ ਇਨਾਮ ਜਿੱਤੇ ਜਾਂ ਨਾ ਉਸ ਨੂੰ ਪਤਾ ਹੈ ਕਿ ਉਸ ਨੇ ਇਸ ਸਪੀਚ ਨਾਲ ਚੰਗਾ ਜੀਵਨ ਜੀਣ ਲਈ ਬਹੁਤ ਕੁਝ ਸਿੱਖਿਆ ਹੈ उस दी जिंदगी ਵਿੱਚ ਉਸ ਨੂੰ ਇਸ ਸ਼ਬਦ ਦਾ ਫਲ ਮਿਲਦਾ ਰਹੇਗਾ ਅਤੇ ਸਾਰੇ ਕੰਮ ਠੀਕ ਹੋ ਜਾਣਗੇ ਠੀਕ ਹੈ ਸੋ देयर इज ओनली 243 ਵਰਡਸ ਇਨ This ਲੈਸਨ ਐਂਡ ਯੂ ਸ਼ੁਡ ਟੇਕ ਮੇਬੀ 5 ਟੂ 6 ਮਿੰਟਸ ਟੂ ਰੀਡ ਨਾਟ ਮੋਰ ਦੈਟ ਠੀਕ ਹੈ ਮੰਡੇ ਟੂ ਵੈਨਸਡੇ 3 ਡੇਸ ਮੈਮੋਰਾਇਜ਼ This ਸ਼ਬਦ ਥੀ ਸ਼ੁਡ ਨਾਟ ਬੀ ਹਾਰਡ ਵਰਕ ਥਰਸਡੇ And you can do it any order you want to copy the shabad in your best handwriting, and that is the lesson for today. So this was a really easy lesson, and I hope you will have faith in Gurbani and you will memorize the shabad. And I will see you in the next, next lesson very soon. And until then, Ka khalsa, Ki fateh.